ਆ ਵੇਖ ਲਿਆ ਸੀ ਹਨਾ ਜੋ ਫੋਟੋ ਹੁੰਦੀਆਂ ਜੋ ਵੀਡੀਓ ਹੁੰਦੀਆਂ ਜੋ ਇਹਨਾਂ ਦੀਆਂ ਸਾਈਟਸ ਸਾਨੂੰ ਵਧੀਆ-ਵਧੀਆ ਲੱਗਦੀਆਂ ਜੋ ਸਾਨੂੰ ਸਮੁੰਦਰ ਦੀਆਂ ਛੱਲਾਂ ਦਿਖਦੀਆਂ ਅਸੀਂ ਉੱਥੇ ਖੜੇ ਹਾਂ ਮੈਨੂੰ ਲੱਗਦਾ ਦੈਟਸ ਓਨਲੀ ਟੈਂਪਟੇਸ਼ਨਸ ਹਨਾ ਅਸੀਂ ਬੜੀ ਛੇਤੀ ਲਭਾਏ ਜਾਂਦੇ ਹਾਂ ਹਨਾ ਸਾਡਾ ਮਨ ਆ ਜਿਹੜਾ ਲਭਾਇਆ ਜਾਂਦਾ ਕਿ ਯਾਰ ਮੈਂ ਵੀ ਇੱਥੇ ਜਾਵਾਂ ਸੋ ਜਿਹੜੇ ਬੰਦਿਆਂ ਦੇ ਅੰਦਰ ਇਹ ਕੀੜਾ ਨਾ ਕਿ ਯਾਰ ਬਾਹਰ ਹੀ ਜਾਣਾ ਬਾਹਰ ਹੀ ਜਾਣਾ ਉਹ ਮੈਨੂੰ ਲੱਗਦਾ ਜੇ ਉਹਦਾ ਸੀਜ਼ਨਲ ਵੀਜ਼ੇ ਦਾ ਹੱਥ ਪੈਂਦਾ ਤਾਂ ਉਹ 6 ਮਹੀਨੇ ਇੱਥੇ ਮਾਹੌਲ ਦੇਖ ਲੈਣਾ ਚਾਹੀਦਾ ਉਦੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਜਪਜੀ ਢਾਲੀਵਾਲ ਯੂਕੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਜਿਹੜੀ ਰਹਿਣ ਵਾਲੀ ਆ ਯੂਕੇ ਸੀਜ਼ਨਲ ਵੀਜ਼ਾ ਜਾਂ ਜਿਹਨੂੰ ਯੂਕੇ ਵਰਕ ਪਰਮਿਟ ਸੀਜ਼ਨਲ ਵੀਜ਼ਾ ਬੋਲ ਦਿੰਦੇ ਆ ਜਾਂ ਜਿਹਨੂੰ ਯੂਕੇ ਟੈਂਪਰੇਰੀ ਵਰਕ ਪਰਮਿਟ ਬੋਲ ਦਿੰਦੇ ਆ ਉਦੇ ਬਾਰੇ ਬਹੁਤ ਸਾਰੇ ਜਦੋਂ ਦਾ ਲੋਟਰੀ ਵੀਜ਼ਾ ਖਤਮ ਹੋਇਆ ਤੇ ਉਦੋਂ ਸੀਜ਼ਨਲ ਵੀਜ਼ੇ ਦੀ ਜਿਹੜੀ ਗੱਲ ਆ ਸ਼ੁਰੂ ਹੋ ਗਈ ਸੀ ਸੋ ਉਹਦੇ ਬਾਰੇ ਗੱਲ ਕਰਨੀ ਆ ਬਹੁਤ ਸਾਰੇ ਬੰਦਿਆਂ ਦੇ ਕੁਐਸਚਨ ਸੀ ਕਿ ਕਿਵੇਂ ਹੁੰਦਾ ਕਦੋਂ ਅਪਲਾਈ ਕਰ ਸਕਦੇ ਆ ਇਹਨੂੰ ਕੌਣ ਅਪਲਾਈ ਕਰ ਸਕਦਾ ਇਹਦੇ ਚ ਕੀ ਸਾਡੀ ਫੈਮਲੀ ਨਾਲ ਆ ਸਕਦੀ ਹੈ ਇਹਦੇ ਇਹਦਾ ਖਰਚਾ ਕਿੰਨਾ ਕੁ ਆ ਜਾਂਦਾ ਇਹਦੀ ਕੀ ਕੀ ਰਿਕੁਆਇਰਮੈਂਟ ਆ ਤੇ ਕੀ ਅਸੀਂ ਇਹਦਾ ਫਿਊਚਰ ਕੀ ਹੈ ਯੂਕੇ ਦੇ ਵਿੱਚ ਕੀ ਅਸੀਂ ਇਹਦੇ ਤੇ ਲੰਬਾ ਰਹਿ ਸਕਦੇ ਆ ਕੀ ਇਹਦਾ ਅੱਗੇ ਕੋਈ ਫਿਊਚਰ ਵੀ ਹੈ ਸੋ ਉਹਦੀ ਆਪਾਂ ਜਿਹੜੀ ਗੱਲ ਕਰਾਂਗੇ ਯੂਕੇ ਸੀਜ਼ਨਲ ਵੀਜ਼ਾ ਦੀ ਸੋ ਵੀਡੀਓ ਨੂੰ ਅੰਤ ਤੱਕ ਦੇਖਿਓ ਬਣੇ ਰਿਓ ਵੀਡੀਓ ਨਾਲ ਤੇ ਜੇ ਚੈਨਲ ਤੇ ਨਵੇਂ ਹੋ ਜਾਂ ਤੁਸੀਂ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਮੇਰੇ ਨੂੰ ਤਾਂ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਤੁਹਾਨੂੰ ਪਤਾ ਲੱਗੇ ਆਪਾਂ ਲੇਟੈਸਟ ਜਿਹੜੀ ਇਨਫੋਰਮੇਸ਼ਨ ਆ ਪਾਉਂਦੇ ਰਹਿੰਦੇ ਆ ਤਾਂ ਕਿ ਤੁਹਾਡੇ ਵੀ ਕੰਮ ਆ ਸਕੇ ਤੇ ਜੇ ਵੀਡੀਓ ਕਿਸੇ ਦੇ ਕੰਮ ਆ ਜੇ ਤੁਹਾਨੂੰ ਲੱਗਦਾ ਕਿ ਕੋਈ ਕਿਸੇ ਨੂੰ ਜ਼ਰੂਰਤ ਆ ਸੀਜ਼ਨਲ ਵੀਜ਼ਾ ਦੀ ਤੁਹਾਨੂੰ ਸ਼ੇਅਰ ਵੀ ਕਰਦੇ ਹੋ ਸੋ ਆਪਾਂ ਗੱਲ ਕਰਦੇ ਆ ਯੂਕੇ ਸੀਜ਼ਨਲ ਵੀਜ਼ਾ ਦੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ ਯੂਕੇ ਸੀਜ਼ਨਲ ਵੀਜ਼ਾ ਇਹਨੂੰ ਟੈਂਪਰੇਰੀ ਵਰਕ ਪਰਮਿਟ ਵੀ ਬੋਲਦੇ ਆ ਤੇ ਇਹਨੂੰ ਟਾਇਰ 5 ਵੀ ਬੋਲਦੇ ਆ ਦੇਖੋ ਯੂਕੇ ਦੇ ਵਿੱਚ ਟਾਇਰ ਚੱਲਦੇ ਆ ਹਨਾ ਟਾਇਰ 1 ਟਾਇਰ 2 ਟਾਇਰ 3 ਟਾਇਰ 4 ਟਾਇਰ 5 ਟਾਇਰ 4 ਜਿਵੇਂ ਸਟੱਡੀ ਚ ਆਉਂਦਾ ਹਨਾ ਟਾਇਰ 2 ਵੀਜ਼ਾ ਸਕਿੱਲ ਵੀਜ਼ਾ ਹੁੰਦਾ ਉਵੇਂ ਹੀ ਇਹ ਟਾਇਰ 5 ਵੀਜ਼ਾ ਸੋ ਇਹ ਟੈਂਪਰੇਰੀ ਵਰਕ ਪਰਮਿਟ ਆ ਇਹ ਕੋਈ ਪੱਕਾ ਵਰਕ ਪਰਮਿਟ ਨਹੀਂ ਹੁੰਦਾ ਸੋ ਜਿਹੜੇ ਬੰਦੇ ਜਿਨ੍ਹਾਂ ਦੀ ਲੋਟਰੀ ਨਹੀਂ ਲੱਗੀ ਹੁਣ ਉਹ ਸੋਚਦੇ ਆ ਕਿ ਚਲੋ ਯਾਰ ਯੂਕੇ ਸੀਜ਼ਨਲ ਵੀਜ਼ਾ ਤੇ ਆਪਾਂ ਚੱਲ ਜਾਈਏ ਤੇ ਸੋ ਪਹਿਲਾਂ ਮੈਂ ਤੁਹਾਨੂੰ ਸਭ ਤੋਂ ਦੱਸ ਦੇਣਾ ਕਿ ਤੁਸੀਂ 18 ਸਾਲ ਤੋਂ ਉੱਪਰ ਹੋਣੇ ਚਾਹੀਦੇ ਹੋ ਸੀਜ਼ਨਲ ਵੀਜ਼ਾ ਅਪਲਾਈ ਕਰਨ ਵਾਸਤੇ ਤੁਸੀਂ 18 ਸਾਲ ਤੋਂ ਉੱਪਰ ਹੋਣੇ ਚਾਹੀਦੇ ਹੋ ਹੁਣ ਕਈ ਬੰਦੇ ਪੁੱਛਦੇ ਆ ਕਿ ਕਦੋਂ ਅਪਲਾਈ ਕਰ ਸਕਦੇ ਆ ਦੇਖੋ ਯੂਕੇ ਸੀਜ਼ਨਲ ਵੀਜ਼ਾ ਚ ਨਾ ਦੋ ਵਰਕ ਪਰਮਿਟ ਹੁੰਦੇ ਆ ਟੈਂਪਰੇਰੀ ਹੈਨਾ ਇੱਕ ਹਾਰਟੀਕਲਚਰ ਦਾ ਇੱਕ ਪੋਲਟਰੀ ਫਾਰਮ ਦਾ ਸੋ ਜਿਹੜਾ ਤਾਂ ਦੇਖੋ ਹਾਰਟੀਕਲਚਰ ਦਾ ਤੁਸੀਂ ਸਾਲ ਜਦੋਂ ਵੀ ਅਪਲਾਈ ਕਰ ਸਕਦੇ ਹੋ ਜਦੋਂ ਵੀ ਤੁਹਾਡਾ ਦਿਲ ਕਰਦਾ ਤੁਸੀਂ ਅਪਲਾਈ ਕਰ ਸਕਦੇ ਹੋ ਜਦੋਂ ਵੀ ਸਾਰੇ ਸਾਲ ਦੇ ਵਿੱਚ ਜਦੋਂ ਮਰਜ਼ੀ ਅਪਲਾਈ ਕਰੋ ਉਹ ਤੁਹਾਨੂੰ ਲਗਭਗ 6 ਮਹੀਨਿਆਂ ਦਾ ਮਿਲਦਾ ਇਸ ਤੋਂ ਜ਼ਿਆਦਾ ਨਹੀਂ ਮਿਲਦਾ ਕਿਸੇ ਦੀ ਕਿਸਮਤ ਹੋਈ ਤਾਂ 9 ਮਹੀਨਿਆਂ ਦਾ ਮਿਲ ਸਕਦਾ ਬਟ ਉਹ ਮੋਸਟਲੀ ਤੁਹਾਨੂੰ 6 ਮਹੀਨਿਆਂ ਦਾ ਮਿਲਦਾ ਜਿਹੜਾ ਪੋਲਟਰੀ ਵਰਕ ਪਰਮਿਟ ਆ ਸੀਜ਼ਨਲ ਵਰਕ ਪਰਮਿਟ ਆ ਉਹ ਉਹ ਕਹਿੰਦੇ ਆ ਕਿ ਤੁਸੀਂ 2 ਅਕਤੂਬਰ ਤੋਂ ਲੈ ਕੇ 31 ਦਸੰਬਰ ਦੇ ਵਿੱਚ ਵਿੱਚ ਉਹਨੂੰ ਅਪਲਾਈ ਕਰਨਾ ਹੁੰਦਾ ਤੇ ਹਰ ਇੱਕ ਸਾਲ ਹਣਾ ਕਿਸੇ ਵੀ ਸਾਲ ਜੋ ਵੀ ਸਾਲ ਚੱਲੀ ਜਾਂਦਾ 2 ਅਕਤੂਬਰ ਤੋਂ ਲੈ ਕੇ 31 ਦਸੰਬਰ ਤੱਕ ਅਪਲਾਈ ਕਰਨਾ ਹੁੰਦਾ ਬਟ ਉਹਦਾ ਉਹਨਾਂ ਨੇ ਸਟੇ ਵੀ ਇਹੀ ਲਿਖਿਆ ਕਿ ਤੁਸੀਂ 18 ਅਕਤੂਬਰ ਤੋਂ ਲੈ ਕੇ 31 ਦਸੰਬਰ ਤੱਕ ਉਹ ਤੇ ਤੁਸੀਂ ਸਟੇ ਕਰਨਾ ਹੁੰਦਾ ਉਹਦੇ ਵਿੱਚ ਵਿੱਚ ਫਿਰ ਤੁਸੀਂ ਵਾਪਸ ਜਾਵੜਨਾ ਹੁੰਦਾ ਹਣਾ ਸੋ ਇਹ ਇਹ ਦੋ ਵਰਕ ਪਰਮਿਟ ਹੁੰਦੇ ਆ ਇੱਕ 6 ਮਹੀਨਿਆਂ ਦਾ ਹੁੰਦਾ ਜਿਹਨੂੰ ਹਾਰਟੀਕਲਚਰ ਬੋਲਦੇ ਆ ਹਾਰਟੀਕਲਚਰ ਦੇ ਵਿੱਚ ਕੀ ਆ ਫਲਾਵਰ ਹੋ ਗਏ ਵੈਜੀਟੇਬਲਸ ਹੋ ਗਈਆਂ ਫਰੂਟਸ ਹੋ ਗਈਆਂ ਹਨਾ ਫਰੂਟਸ ਫਰਟਸ ਤੋੜਨੇ ਉਹਨਾਂ ਦੀ ਪੈਕਿੰਗ ਕਰਨੀ ਫਲਾਵਰਸ ਦੀ ਪੈਕਿੰਗ ਕਰਨੀ ਹਨਾ ਜੋ ਵੀ ਆ ਹਾਰਟੀਕਲਚਰ ਤੁਹਾਨੂੰ ਪਤਾ ਹੀ ਹੈ ਹਨਾ ਸਾਰੇ ਤੁਸੀਂ ਪੜ੍ਹੇ ਲਿਖੇ ਬੰਦੇ ਹੋ ਸੋ ਉਹ ਇਹਦੇ ਵਿੱਚ ਹਾਰਟੀਕਲਚਰ ਚ ਆ ਜਾਂਦਾ ਹੈ ਅਪ ਟੂ 6 ਮੰਥ ਹੁੰਦਾ ਤੇ ਪੋਟਰੀ ਫਾਰਮ ਦਾ ਤੁਹਾਨੂੰ ਮੈਂ ਦੱਸਦਾ ਕਿ ਅਕਤੂਬਰ ਤੋਂ ਲੈ ਕੇ ਤੁਸੀਂ ਰਫ ਐਡ ਆਪ ਲੈ ਲੈਂਦੇ ਆ ਦਸੰਬਰ ਦੇ ਵਿੱਚ ਵਿੱਚ ਤੱਕ ਉਹ ਚੀਜ਼ ਹੁੰਦੀ ਆ ਸੋ ਇਹ ਦੋ ਤਰ੍ਹਾਂ ਦੇ ਵੀਜ਼ਾ ਹੁੰਦੇ ਆ 18 ਸਾਲ ਤੋਂ ਉੱਪਰ ਤੁਸੀਂ ਹੁਣ ਇਹਦੀ ਰਿਕੁਆਇਰਮੈਂਟ ਇਹ ਹੁੰਦੀ ਆ ਕਿ ਤੁਹਾਨੂੰ ਇਹਦੇ ਲਈ ਇਹਦੇ ਲਈ ਵੀ ਤੁਹਾਨੂੰ ਇੱਕ ਕੋਸ ਚਾਹੀਦਾ ਹੁੰਦਾ ਹਨਾ ਅ ਸਰਟੀਫੀਕੇਟ ਆਫ ਸਪੌਂਸਰਸ਼ਿਪ ਇਹਦੇ ਵਿੱਚ ਵੀ ਤੁਹਾਨੂੰ ਚਾਹੀਦੀ ਹੁੰਦੀ ਆ ਕਿ ਕੋਈ ਬੰਦਾ ਤੁਹਾਨੂੰ ਇਧਰੋਂ ਸਪੌਂਸਰ ਕਰ ਦੇ ਜੇ ਉਹ ਤੁਹਾਨੂੰ ਬੰਦਾ ਸਪੌਂਸਰ ਕਰ ਦੂਗਾ ਤੇ ਤੁਸੀਂ ਬਸ ਕੁਝ ਨਹੀਂ ਕਰਨਾ ਉਸ ਤੋਂ ਬਾਅਦ ਤੁਹਾਨੂੰ ਇੱਕ ਸਪੌਂਸਰ ਲੈਟਰ ਚਾਹੀਦਾ ਜਿਹਨੂੰ ਕੋਸ ਬੋਲ ਦਿੰਦੇ ਆ ਜਿਵੇਂ ਕੋਸ ਦਾ ਤਰਵਲਾ ਪਿਆਈ ਆ ਹਨਾ ਬਹੁਤ ਜ਼ਿਆਦਾ ਕੋਸ ਕੀ ਹੁੰਦੀ ਆ ਸੋ ਉਸ ਤੋਂ ਬਾਅਦ ਕਾਸ ਦੇ ਉੱਤੇ ਤੁਹਾਡਾ ਜਿਹੜਾ ਮਿਨੀਮਮ ਵੇਜ ਰੇਟ ਆ ਉਹ ਜੋ ਇੱਥੇ ਗਵਰਨਮੈਂਟ ਦਾ ਮਿਨੀਮਮ ਵੇਜ ਰੇਟ ਆ ਘੰਟੇ ਦੇ ਹਿਸਾਬ ਨਾਲ ਜੋ ਗਵਰਨਮੈਂਟ ਨੇ ਰੱਖਿਆ ਕਿ ਇਦੋਂ ਘੱਟ ਨਹੀਂ ਦੇਣਾ ਉਹਨਾਂ ਹੋਣਾ ਚਾਹੀਦਾ ਕਿ ਸੁਪੋਜ਼ ਕਰੋ ਤੁਹਾਡੇ ਉਹਦੇ ਸਪੌਂਸਰਸ਼ਿਪ ਲੈਟਰ ਤੇ ਲਿਖਿਆ ਕਿ ਤੁਸੀਂ ਇੰਨੇ ਘੰਟੇ ਕੰਮ ਕਰੋਗੇ ਤੇ ਤੁਹਾਡੀ ਜਿਹੜੀ ਪੇ ਆ ਉਹ ਦੇ ਅਕੋਰਡਿੰਗ ਬਣਨੀ ਚਾਹੀਦੀ ਆ ਜੋ ਮਿਨੀਮਮ ਵੇਜ ਰੇਟ ਆ ਹਨਾ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਹੁਣ ਚਲੋ ਹੁਣ ਤਾਂ ਜ਼ਿਆਦਾ ਹੋਣ ਜਾ ਰਿਹਾ 10.42 ਆਪਾਂ ਮੰਨਦੇ ਆ ਹਨਾ ਕਿ 10.42 ਪਰ ਆਰ ਮਿਲਨੇ ਹੀ ਚਾਹੀਦੇ ਆ ਐਦੋਂ ਥੱਲੇ ਕੰਮ ਨਹੀਂ ਚੱਲਣਾ ਸੋ ਉਹ ਉਹਦੇ ਤੇ ਲਿਖਿਆ ਹੋਣਾ ਚਾਹੀਦਾ ਦੂਸਰੇ ਨੰਬਰ ਤੇ ਜਦੋਂ ਤੁਹਾਨੂੰ ਇਹ ਦੋ ਚੀਜ਼ਾਂ ਮਿਲ ਜਾਂਦੀਆਂ ਤੇ ਤੁਸੀਂ 28 ਦਿਨ ਪੁਰਾਣੇ ਫੰਡ ਜਿਵੇਂ ਯੂਕੇ ਦੇ ਵਿੱਚ 28 ਦਿਨ ਪੁਰਾਣੇ ਫੰਡ ਚੱਲਦੇ ਆ ਚਾਹੇ ਜੋ ਮਰਜੀ ਵੀਜ਼ਾ ਲੈ ਲਓ ਸੋ ਚਾਹੀਦਾ ਤੁਹਾਨੂੰ 1270 ਪਾਉਂਡ ਤੁਹਾਡੇ ਫੰਡ ਚਾਹੀਦੇ ਆ ਅਕਾਊਂਟ ਦੇ ਵਿੱਚ 28 ਦਿਨ ਪੁਰਾਣੇ ਤੇ ਉਸ ਤੋਂ ਬਾਅਦ ਤੁਹਾਡੀ 298 ਪਾਉਂਡ ਜਿਹੜੀ ਫੀਸ ਆ ਜਾਨੀ ਕਿ ਜੇ ਮੈਂ ਫੀਸ ਦੀ ਗੱਲ ਕਰਾਂ ਜੇ ਤੁਹਾਨੂੰ ਕੋਸ ਮਿਲ ਜੇ ਤੁਸੀਂ ਅਪਲਾਈ ਕਰੋ ਤੁਹਾਨੂੰ ਕੋਸ ਮਿਲ ਜੇ ਤਾਂ ਇਹਦੀ ਫੀਸ ਜਿਹੜੀ 298 ਪਾਉਂਡਾ ਬਹੁਤ سارے ਬੰਦੇ ਪੁੱਛ ਰਹੇ ਸੀ ਕਿ ਜਿਹੜਾ ਸੀਜ਼ਨਲ ਵਰਕ ਵੀਜ਼ਾ ਇਹਦਾ ਹੈਲਥ ਸਰਚਾਰਜ ਕਿੰਨਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਚਾਹੀਏ ਜਿصه ਨਹੀਂ ਲੱਗਦਾ ਕੋਈ ਤੁਹਾਨੂੰ ਏਜੰਟ ਕਵੇ ਕਿ ਇਹਦੇ ਚ ਹੈਲਥ ਪਹਿਲੀ ਗੱਲ ਤਾਂ ਇਹ ਵੀਜ਼ਾ ਏਜੰਟ ਤੋਂ ਅਪਲਾਈ ਕਰਾਉਣ ਵਾਲਾ ਹੈ ਹੀ ਨਹੀਂ ਕਿਉਂਕਿ ਇਹਦਾ ਐਡਾ ਜਿਆਦਾ ਤੁਹਾਨੂੰ ਮੈਂ ਦੱਸਦਾ ਅੱਗੇ ਸਾਰੀ ਗੱਲ ਹਣਾ ਸੋ ਇਹਨੂੰ ਅਪਲਾਈ ਆ ਆਪ ਹੀ ਕਰਨਾ ਜੇ ਕਰ ਸਕਦੇ ਆ ਤਾਂ ਤੁਸੀਂ ਲੋਟਰੀ ਵੀਜ਼ੇ ਦੀ ਤਰ੍ਹਾਂ ਹਨਾ ਕਾਸ ਮਿਲ ਗਿਆ ਤੇ ਤੁਹਾਡਾ ਵੀਜ਼ਾ ਅਪਲਾਈ ਹੋ ਜਾਣਾ ਫਿਰ ਤਾਂ ਕੋਈ ਇਸ਼ੂ ਵਾਲੀ ਗੱਲ ਹੀ ਨਹੀਂ ਤੇ ਇਹ ਚ ਹੈਲਥ ਸਰਚਾਰਜ ਨਹੀਂ ਲੱਗਦਾ ਮੈਂ ਪਹਿਲਾਂ ਦੱਸੀ ਜਨਾ ਤੁਹਾਨੂੰ ਇਹ ਨਾ ਹੋਵੇ ਤੁਸੀਂ ਕੋਈ ਬੰਦਾ ਤੁਹਾਡੇ ਤੋਂ 1000 ਰੁਪਿਆ ਹੈਲਥ ਸਰਚਾਰਜ ਵੀਰੇਲੇ 1000 ਪਾਉਂਡ ਹੈਲਥ ਸਰਚਾਰਜ ਵੀਰੇਲੇ ਇਹਦੇ ਚ ਨਹੀਂ ਲੱਗਦਾ ਸੀਜ਼ਨਲ ਵੀਜ਼ੇ ਚ ਨਹੀਂ ਲੱਗਦਾ ਇਹਦੇ ਚ ਤੁਸੀਂ ਜੇ ਦੇਖਿਆ ਜਾਵੇ ਤਾਂ ਤੁਸੀਂ ਥੋੜੀ-ਬਹੁਤ ਇਹਦੇ ਤੇ ਇੱਕ ਤਾਂ ਤੁਸੀਂ ਉਹਦੇ ਤੇ ਹੀ ਕੰਮ ਕਰਨਾ ਜਿੱਥੋਂ ਸਰਟੀਫਿਕੇਟ ਮਿਲਿਆ ਇਹ ਗੱਲ ਵੀ ਇਹਦੇ ਤੇ ਲਾਗੂ ਹੁੰਦੀ ਆ ਇਹ ਨਹੀਂ ਤੁਸੀਂ ਇੱਥੇ ਆ ਕੇ ਤੇ ਜਿੱਥੇ ਮਰਜ਼ੀ ਕੰਮ ਕਰੋ ਤੁਹਾਨੂੰ ਉੱਥੇ ਹੀ ਕੰਮ ਕਰਨਾ ਜਿੱਥੇ ਤੁਹਾਨੂੰ ਸਪੌਂਸਰਸ਼ਿਪ ਕੋਸ ਮਿਲਿਆ ਜਿਵੇਂ ਦੂਜਾ ਅੱਜ ਕੱਲ ਟਾਇਰ 2 ਤੇ ਆ ਰਹੇ ਆ ਸਕਿੱਲ ਵੀਜ਼ੇ ਤੇ ਆ ਰਹੇ ਉਹ ਵੀ ਉੱਥੇ ਹੀ ਕਰ ਸਕਦੇ ਆ ਨਾ ਸੋ ਉੱਥੇ ਹੀ ਤੁਸੀਂ ਕਰ ਸਕਦੇ ਹੋ ਕੋਸ਼ਿਸ਼ ਸਟੱਡੀ ਜਿਹੜੀ ਤੁਸੀਂ ਇੱਥੇ ਥੋੜੀ-ਬਹੁਤ ਸਟੱਡੀ ਲੈ ਸਕਦੇ ਹੋ ਤੁਸੀਂ ਜਦੋਂ ਅੱਗੇ ਇਹਨੂੰ ਵੇਖੋਗੇ ਹਨਾ ਤੁਸੀਂ ਇਹਦੀ ਸਾਈਟ ਜਾ ਕੇ ਤਾਂ ਵੇਖ ਸਕਦੇ ਹੋ ਉਹ ਲੈ ਸਕਦੇ ਹੋ ਤੁਸੀਂ ਪਬਲਿਕ ਫੰਡਸ ਯੂਜ਼ ਨਹੀਂ ਕਰ ਸਕ ਨਹੀਂ ਬੁਲਾ ਸਕਦੇ ਜਿਹੜਾ ਮੇਨ ਕੁਐਸਚਨ ਕਿ ਕੀ ਅਸੀਂ ਫਿਰ ਸੀਜ਼ਨਲ ਵੀਜ਼ੇ ਤੇ ਆ ਜਾਨੇ ਅਸੀਂ ਆਪਣੇ ਡਿਪੈਂਡੈਂਟ ਨਾਲ ਲੈ ਕੇ ਆ ਸਕਦੇ ਹਾਂ ਵੈਸੇ ਡਿਪੈਂਡੈਂਟ ਤਾਂ ਇਹਨਾਂ ਨੇ ਹੁਣ ਸਾਰਿਆਂ ਤੇ ਹਨਾ ਜੇ ਸਟੂਡੈਂਟ ਨਹੀਂ ਲੈ ਕੇ ਆ ਸਕਦਾ ਜੇ ਕੇਅਰ ਵਰਕਰ ਵਾਲਾ ਨਾਲ ਨਹੀਂ ਲੈ ਕੇ ਆ ਸਕਦਾ ਤੇ ਫਿਰ ਓਬਵੀਅਸਲੀ ਗੱਲ ਆ ਵੀ ਸੀਜ਼ਨਲ ਵੀਜ਼ੇ ਵਾਲਾ ਵੀ ਨਾਲ ਨਹੀਂ ਲੈ ਕੇ ਆ ਸਕਦਾ ਕੋਈ ਸੀਜ਼ਨਲ ਵੀਜ਼ਾ ਵੱਡਾ ਤਾਂ ਹੈ ਨਹੀਂ ਬਾਲਾ ਹਨਾ 6 ਮਹੀਨਿਆਂ ਤੱਕ ਹੁੰਦਾ ਇਹਨੂੰ ਐਕਸਟੈਂਡ ਆ ਜਿਹੜਾ ਤੁਸੀਂ ਇਹ ਨਹੀਂ ਕਿ ਉਸੇ ਹੀ ਜਗ੍ਹਾ ਤੇ ਐਕਸਟੈਂਡ ਕਰਾ ਲਓਗੇ ਨਹੀਂ ਹੋਣਾ ਠੀਕ ਆ ਇਹ ਗੱਲ ਦਾ ਵੀ ਧਿਆਨ ਰੱਖਣਾ ਸੋ ਇਹ ਇੰਨੀ ਕਹਦੀ ਰਿਕੁਆਇਰਮੈਂਟ ਸੀ ਏ ਨੂੰ ਤੁਸੀਂ ਆਪ ਹੀ ਅਪਲਾਈ ਕਰਨਾ ਏ ਨਹੀਂ ਵੀ ਤੁਸੀਂ ਕਿਸੇ ਦੇ ਕੋਲੇ ਜਾਵੜੋਂ ਤੇ ਮੇਰਾ ਅਪਲਾਈ ਕਰ ਦੋ ਜੀ ਉਹ ਤੁਹਾਡੇ ਤੋਂ 2-4 ਲੱਖ ਰੁਪਇਆ ਲੈ ਜੇ ਤੇ ਉਸ ਤੋਂ ਬਾਅਦ ਇੱਥੇ ਤੁਸੀਂ 6 ਮਹੀਨਾ ਚ ਕੀ ਤਾਂ ਬਣਾਓਗੇ ਤੇ ਕੀ ਇਹਦਾ ਛੱਡੋਗੇ ਤੇ ਕੀ ਇਹਦੇ ਪੈਸੇ ਲਾਉਂਗੇ ਟੈਕ ਤਾਂ ਵੀ ਲਾ ਕੇ ਆਉਂਗੇ ਸੋ ਇਹਦੇ ਚ ਨਾ ਮੈਂ ਉਹ ਕਹਿੰਦਾ ਕਿ ਜਿਹੜੇ ਲੋਕ ਸਾਡੇ ਚ ਨਾ ਟੈਂਪਟੇਸ਼ਨਸ ਬਹੁਤ ਹੁੰਦੀ ਆ ਹਨਾ ਕਿ ਯਾਰ ਅਸੀਂ ਫੋਟੋ ਤੇ ਵੇਖਿਆ ਯੂਕੇ ਫੋਟੋ ਤੇ ਅਸੀਂ ਵੀਡੀਓ ਚ ਦੇਖ ਲਿਆ ਸੀ ਕਿ ਮੇਰੇ ਵਰਗਾ ਬਣਾਈ ਜਾਂਦਾ ਇੱਥੇ ਹੈ ਨਾ ਵੀਡੀਓ ਤੇ ਫਿਰ ਅਸੀਂ ਦੇਖ ਲਿਆ ਕਿ ਕੈਨੇਡਾ ਵੇਖ ਲਿਆ ਸੀ ਹਨਾ ਜੋ ਫੋਟੋ ਹੁੰਦੀਆਂ ਜੋ ਵੀਡੀਓ ਹੁੰਦੀਆਂ ਜੋ ਇਹਨਾਂ ਦੀਆਂ ਸਾਈਟਸ ਸਾਨੂੰ ਵਧੀਆ-ਵਧੀਆ ਲੱਗਦੀਆਂ ਜੋ ਸਾਨੂੰ ਸਮੁੰਦਰ ਦੀਆਂ ਛੱਲਾਂ ਦਿਖਦੀਆਂ ਅਸੀਂ ਉੱਥੇ ਖੜੇ ਆ ਮੈਨੂੰ ਲੱਗਦਾ ਦੈਟਸ ਓਨਲੀ ਟੈਂਪਟੇਸ਼ਨਸ ਹਨਾ ਅਸੀਂ ਬੜੀ ਛੇਤੀ ਲਭਾਏ ਜਾਂਦੇ ਆ ਹਨਾ ਸਾਡਾ ਮਨ ਆ ਜਿਹੜਾ ਲਭਾਇਆ ਜਾਂਦਾ ਕਿ ਯਾਰ ਮੈਂ ਵੀ ਇੱਥੇ ਜਾਵਾਂ ਸੋ ਜਿਹੜੇ ਬੰਦਿਆਂ ਦੇ ਅੰਦਰ ਇਹ ਕੀੜਾ ਨਾ ਕਿ ਯਾਰ ਬਾਹਰ ਹੀ ਜਾਣਾ ਬਾਹਰ ਹੀ ਜਾਣਾ ਉਹ ਮੈਨੂੰ ਲੱਗਦਾ ਜੇ ਉਹਦਾ ਸੀਜ਼ਨਲ ਵੀਜ਼ੇ ਦਾ ਹੱਥ ਪੈਂਦਾ ਤਾਂ ਉਹਨੂੰ 6 ਮਹੀਨੇ ਇੱਥੇ ਮਾਹੌਲ ਦੇਖ ਲੈਣਾ ਚਾਹੀਦਾ ਉਹਦੇ ਨਾਲ ਕੀ ਹੋਊਗਾ ਨਾ ਤੁਹਾਡਾ ਦੇ ਕੋ ਖਰਚਾ ਵੀ ਜ਼ਿਆਦਾ ਨਹੀਂ ਹੋਣਾ ਥੋੜਾ ਬਹੁਤ ਕੰਮ ਵੀ ਕਰ ਲੋਗੇ ਹਨਾ ਉਦੋਂ ਤੱਕ ਤੇ ਜਿੰਨਾ ਦਾ ਤੁਹਾਡਾ ਖਰਚਾ ਹੋਊਗਾ ਉਹਨਾਂ ਨੂੰ ਚਲੋ ਆਪਾਂ ਐਟ ਲੀਸਟ ਉਹਨਾਂ ਦਾ ਆਪਾਂ ਲਈ ਜਾਵਾਂਗੇ ਹਨਾ ਤੁਸੀਂ ਨਾ 6 ਮਹੀਨੇ ਇੱਥੇ ਮਾਹੌਲ ਵੇਖ ਜਾਓਗੇ ਕਿ ਯਾਰ ਹਾਂ ਯਾਰ ਇਹ ਮਾਹੌਲ ਹੁੰਦਾ ਯੂਕੇ ਦਾ ਹਨਾ ਯੂਕੇ ਦੇ ਵਿੱਚ ਆਹ ਚੀਜ਼ ਆ ਤੁਸੀਂ ਇੱਥੇ ਸਟੂਡੈਂਟਸ ਨੂੰ ਮਿਲੋਗੇ ਤੁਸੀਂ ਇੱਥੇ ਵਰਕਰਸ ਨੂੰ ਮਿਲੋਗੇ ਹਨ ਜੋ ਅੱਗੇ ਵੀ ਹੋ ਸਕਦਾ ਕੋਈ ਨਾ ਕੋਈ ਤੁਹਾਡੀ ਕੋਈ ਨਾ ਕੋਈ ਅੱਗੇ ਹਨਾ ਚਲੋ ਉਹ ਬਾਅਦ ਦੀ ਗੱਲ ਹੈ ਕਿਸਮਤ ਦੀ ਗੱਲ ਸੋ ਉਹਦੇ ਜਨਾ ਤੁਹਾਡਾ ਜਿਹੜਾ ਚੀਜ਼ ਆ ਤੁਹਾਡੇ ਅੰਦਰ ਜਿਹੜਾ ਕੀੜਾ ਇੱਕ ਤਾਂ ਉਹ ਥੋੜਾ ਸ਼ਾਂਤ ਹੋ ਜਾਊਗਾ ਹਨਾ ਇੱਕ ਟੈਂਪਟੇਸ਼ਨ ਜਿਹੜੀਆਂ ਤੁਹਾਨੂੰ ਹੈਗੀਆਂ ਤੁਹਾਨੂੰ ਰੈਲਿਟੀ ਪਤਾ ਲੱਗੂਗੀ ਕਿ ਕੀ ਚੀਜ਼ ਆ ਤੁਹਾਡੇ ਇਹਦੇ 'ਚ ਖਰਚਾ ਵੀ ਨਹੀਂ ਹੋਣਾ ਹਨਾ ਕਈ ਵਾਰੀ ਹੁਣ ਬੰਦੇ ਤੇ 20-20 ਲੱਖ 25-25 ਲੱਖ ਲਾ ਕੇ ਵੀ ਫਸੇ ਖੜੇ ਆ ਸੋ ਉਹਦੇ ਵਿੱਚ ਤੁਸੀਂ ਸੀਜ਼ਨਲ ਵੀਜ਼ੇ ਬਾਰੇ ਸੋਚ ਸਕਦੇ ਹੋ ਸੀਜ਼ਨਲ ਵੀਜ਼ਾ ਕੋਈ ਬੈਡ ਚੀਜ਼ ਨਹੀਂ ਆ ਵਧੀਆ ਚੀਜ਼ ਆ ਬਟ ਜੇ ਜੇ ਤੁਸੀਂ ਕਹੋ ਕਿ ਇਹਦਾ ਬਹੁਤ ਵੱਡਾ ਫਿਊਚਰ ਆ ਜੇ ਤੁਸੀਂ ਕਹੋ ਕਿ ਤੁਸੀਂ ਫੈਮਲੀ ਆਪਣੀ ਨਾਲ ਲੈ ਕੇ ਆ ਸਕਦੇ ਹੋ ਜਾਂ ਡਿਪੈਂਡੈਂਟ ਨਾਲ ਲੈ ਕੇ ਆ ਸਕਦੇ ਹੋ ਇਹ ਚੀਜ਼ ਨਹੀਂ ਆ ਇਹ 6 ਮਹੀਨਿਆਂ ਦਾ ਹੀ ਹੁੰਦਾ ਇਸ ਤੋਂ ਜ਼ਿਆਦਾ ਨਹੀਂ ਹੁੰਦਾ ਕਿਸੇ ਦੀ ਕਿਸਮਤਾਂ ਨੂੰ 9 ਮਹੀਨਾ ਤਾਂ ਮਿਲ ਸਕਦਾ ਸੋ ਉਮਰ ਤੁਹਾਡੀ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਆ ਫੰਡ ਤੁਹਾਡੇ ਕੋਲੇ 1270 ਹੋਣੀ ਚਾਹੀਦੀ ਤੇ ਕਾਸ ਤੁਹਾਨੂੰ ਜ਼ਰੂਰੀ ਆ ਇਧਰੋਂ ਕੋਈ ਤੁਹਾਨੂੰ ਕੰਪਨੀ ਕੋਈ ਹਾਰਟੀਕਲਚਰਲੀ ਜਾਂ ਫਾਰਟੀ ਫਾਰਮ ਵਾਲੇ ਤੁਹਾਨੂੰ ਦੇਣ ਕਿ ਅਸੀਂ ਹਾਂ ਇਹਨਾਂ ਨੂੰ ਕਾਸ ਦਿੰਨੇ ਆ ਤੇ ਤੁਹਾਡਾ ਤਾਂ ਟੈਂਪਰੇਰੀ ਵਰਕ ਪਰਮਿਟ ਦਾ ਮਤਲਬ ਵੀ ਵੇਖੋ ਕੀ ਆ ਟੈਂਪਰੇਰੀ ਵਰਕ ਪਰਮਿਟ ਕੁਝਕ ਸਮੇ ਲਈ ਟੈਂਪਰੇਰੀ ਆ ਪੱਕਾ ਨਹੀਂ ਆ ਤੁਸੀਂ ਪਰਮਾਨੈਂਟ ਨਹੀਂ ਇਹਨੂੰ ਜੋਬ ਪਰਮਾਨੈਂਟ ਨਹੀਂ ਕਰ ਸਕਦੇ ਤੇ ਅਸੀਂ ਲੰਬਾ ਸਮਾਂ ਜੋਬ ਕਰ ਲਾਂਗੇ ਪਰਮਾਨੈਂਟ ਨਹੀਂ ਕਰ ਸਕਦੇ ਪਰਮਾਨੈਂਟ ਜੋਬ ਨਹੀਂ ਕਰ ਸਕਦੇ ਪਬਲਿਕ ਫੰਡ ਨਹੀਂ ਯੂਜ਼ ਕਰ ਸਕਦੇ ਫੈਮਿਲੀ ਨੂੰ ਨਾਲ ਲਿਆ ਸਕਦੇ ਤੁਸੀਂ ਵੇਖ ਵੀ ਸਕਦੇ ਹੋ ਹਨ ਤੁਸੀਂ ਇਹਦੀ ਸਾਈਟ ਸਿੰਪਲ ਜਾਂ ਫੰਡਾ ਮੈਂ ਤੁਹਾਨੂੰ ਦੱਸ ਦ ਰਿਹਾ ਇਹਦੀ ਸਾਈਟ ਤੇ ਜਾਓ ਯੂਕੇ ਸੀਜ਼ਨਲ ਵਰਕ ਵੀਜ਼ਾ ਭਰੋ ਤੁਹਾਡਾ ਸਾਰਾ ਕੁਝ ਅੱਗੇ ਆ ਜਾਊਗਾ ਉਹਦਾ ਓਵਰਵਿਊ ਲਓ ਕੀ ਕੀ ਕਰ ਸਕਦੇ ਆ ਕੀ ਨਹੀਂ ਕਰ ਸਕਦੇ ਸੋ ਬਹੁਤ ਬੰਦੇ ਕਹਿੰਦੇ ਐ ਅਪਲਾਈ ਕਿਵੇਂ ਕਰਨਾ ਅਪਲਾਈ ਤਾਂ ਪੈਨੂੰ ਤਾਂ ਹੀ ਕਰਾਂਗੇ ਨਾ ਜੇ ਆਪਾਂ ਆਪਣੇ ਕੋਲੇ ਕੋਈ ਸਪਾਂਸਰਸ਼ਿਪ ਲੈਟਰ ਹੋਊਗੀ ਤੁਹਾਡੇ ਕੋਲੇ ਫੰਡ ਰੈਡੀ ਆ ਤੇ ਬਸ ਇਹ ਅਪਲਾਈ ਹੋ ਜਾਣਾ ਇਹਦੇ ਚ ਬੜਾ ਕੁਝ ਤਾਂ ਚਾਹੀਦਾ ਨਹੀਂ ਸੋ ਇਹ ਵਰਕ ਸੀਜ਼ਨਲ ਇਹ ਸੀਜ਼ਨਲ ਯੂਕੇ ਸੀਜ਼ਨਲ ਵੀਜ਼ਾ ਜਿਹਦੇ ਬਾਰੇ ਬਹੁਤ ਰੋਲਾ ਤੇ ਬਹੁਤ ਸਾਰੇ ਲੋਕ ਨਾ ਬੜਾ ਪੈਸਾ ਇਹਦੇ ਤੇ ਲੁੱਟਣ ਨੂੰ ਤਿਆਰ ਆ ਕਿ ਚਲੋ ਯਾਰ ਯੂਕੇ ਚ ਐਂਟਰੀ ਮਿਲ ਜੂਗੀ ਮੈਂ ਇਹ ਚੀਜ਼ ਤੁਹਾਨੂੰ ਬਹੁਤ ਮੂਰਖਤਾ ਸਮਝਦਾ ਜਿਹੜੇ ਬੰਦੇ ਸੀਜ਼ਨਲ ਵੀਜ਼ੇ ਤੇ ਵੀ ਪੈਸਾ ਲੌਂਦੇ ਆ ਸੋ ਇਹ ਕਿਸੇ ਏਜੰਟ ਕੋਲੇ ਜਾਣ ਦੀ ਲੋੜ ਨਹੀਂ ਇਹਨੂੰ ਖੁਦ ਅਪਲਾਈ ਕਰੋ ਖੁਦ ਮੱਥਾ ਮਾਰੋ ਜੇ ਤੁਹਾਨੂੰ ਕਾਉਸ ਮਿਲ ਕੇ ਇਹਨੂੰ ਖੁਦ ਅਪਲਾਈ ਕਰੋ 2 ਮਿੰਟ ਦਾ ਕੰਮ ਆ ਜਿਵੇਂ ਹੁਣ ਲੋਟਰੀਆਂ ਬਹੁਤ ਬੰਦਿਆਂ ਨੇ ਲਾਈਆਂ ਤੇ ਕਈਆਂ ਦੀ ਕਿਸਮਤ ਖੁੱਲ ਗਈ ਆ ਤੁਹਾਡੀ ਵੀ ਕਿਸਮਤ ਖੁੱਲ ਜੂਗੀ ਸੋ ਉਮੀਦ ਆ ਤੁਸੀਂ ਹੁਣ ਵਰਕ ਜਿਹੜਾ ਸੀਜ਼ਨਲ ਵਰਕ ਵੀਜ਼ਾ ਉਹਦੇ ਬਾਰੇ ਸਮਝੋਗੇ ਹੋਵੋਗੇ ਇਹਦੇ ਕੀ ਹੈ ਕਿ ਨਹੀਂ ਆ ਸੋ ਤੁਸੀਂ ਵੀ ਇਹ ਚੀਜ਼ ਦਾ ਧਿਆਨ ਰੱਖਿਓ ਸੋ ਮਿਲਾਂਗੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਕੋਈ ਨਵੀਂ ਜਾਣਕਾਰੀ ਲੈ ਕੇ ਕਈਆਂ ਦੀ ਡਿਮਾਂਡ ਸੀਗੀ ਕਿ ਵਰਕ ਪਰਮਿਟ ਬਾਰੇ ਜਿਨ੍ਹਾਂ ਦੀ ਸੈਲਰੀ ਕਮਾ ਰਹੇ ਆ ਉਹਦੇ ਬਾਰੇ ਆਪਾਂ ਗੱਲ ਕਰਨੀ ਆ ਸੋ ਆਪਾਂ ਗੱਲ ਕਰਾਂਗੇ ਤੇ ਜਾਂਦੇ ਮੈਂ ਫੇਰ ਰਿਕਵੈਸਟ ਕਰਦਾ ਕਿ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਸੀਜ਼ਨਲ ਵੀਜ਼ੇ ਵਾਲੇ ਵਿਚਾਰੇ ਹੋਰ ਵੀ ਇੱਥੇ ਨਾ ਫਸਣ ਸੋ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਕੁਝ ਨਵੀਂ ਜਾਣਕਾਰੀ ਲੈ ਕੇ ਤਦ ਤੱਕ ਲਈ ਸਸੇਕਾ